ਮਾਨਵਤਾ ਭਲਾਈ ਫਾਊਂਡੇਸ਼ਨ ਰਾੜਾ ਸਾਹਿਬ ਵੱਲੋਂ 9 ਜਨਵਰੀ ਨੂੰ 1101 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਜਾਵੇਗੀ, ਜਿਸ ਵਿੱਚ ਬੱਚੀਆਂ ਅਤੇ ਉਹਨਾਂ ਦੀਆਂ ਮਾਤਾਵਾਂ ਨੂੰ ਕੱਪੜੇ, ਮੂੰਗਫਲੀ, ਰਿਓੜੀਆਂ ਅਤੇ ਬੱਚਿਆਂ ਵਾਸਤੇ ਖਿਡੌਣੇ ਦਿੱਤੇ ਜਾਣਗੇ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਦੇਵ ਭਾਖੜੀ ਨੇ ਦੱਸਿਆ ਕਿ ਇਹ ਸਮਾਗਮ ਰਾੜਾ ਸਾਹਿਬ ਦੇ ਆਰਜੂ ਹਸਪਤਾਲ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਮਹਾਂਪੁਰਖ ਸਵਾਮੀ ਸ਼੍ਰੀ ਸ਼ੰਕਰਾਨੰਦ ਜੀ ਮਹਾਰਾਜ ਭੂਰੀਵਾਲ ਧਾਮ ਤਲਵੰਡੀ ਖੁਰਦ ਅਤੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮਹਾਰਾਜ ਜੀ ਵਾਤਾਵਰਨ ਪ੍ਰੇਮੀ ਅਤੇ ਸਵਾਮੀ ਵਿਦਿਆਗਿਰੀ ਜੀ ਮਹਾਰਾਜ ਘੁੜਾਨੀ ਕਲਾਂ ਤੋਂ ਅਤੇ ਆਪਣੇ ਮੰਤਰੀ ਨਵਜੋਤ ਸਿੰਘ ਸਿੱਧੂ ਜੀ, ਕੈਬਨਿਟ ਮੰਤਰੀ ਡਾਕਟਰ ਨਵਜੋਤ ਕੌਰ ਸਿੱਧੂ ਜੀ, ਇਹ ਸਭ ਸੰਤਾ ਸਿੰਘ ਉਮੇਦਪੁਰੀ ਜੀ ਸਾਹਨੇਵਾਲ ਤੋਂ ਇਹ ਸਭ ਸਮਾਗਮ ਦੇ ਵਿੱਚ ਬੱਚੀਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਨੇ। ਅਸੀਂ ਸਭ ਸੰਗਤਾਂ ਅਤੇ ਭੈਣ ਭਾਈਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਪਹੁੰਚੋ, ਬੱਚਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਤਰੀਕੇ ਸਮਾਗਮ ਨੂੰ ਨੇਪਰੇ ਚਾੜੋ। ਦੇਖੋ ਜੀ, ਹਰ ਇੱਕ ਨੂੰ ਜਿਹੜੀ ਨੌਂ ਆ ਉਹ ਸਾਰਿਆਂ ਨੂੰ ਬਹੁਤ ਵਧੀਆ ਚਾਹੀਦੀ ਹੈ, ਧੀ ਕਿਸੇ ਨੂੰ ਨਹੀਂ ਚਾਹੀਦੀ। ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਕਿ ਧੀਆਂ ਨੂੰ ਜੇ ਅਸੀਂ ਸਤਿਕਾਰ ਦੇਵਾਂਗੇ ਤਾਂ ਹੀ ਸਾਡੇ ਮੁੰਡੇ ਵਿਆਹੇ ਜਾਣਗੇ। ਹਰ ਇੱਕ ਨੂੰ ਮੁੰਡਾ ਚਾਹੀਦਾ, ਧੀ ਕਿਸੇ ਨੂੰ ਨਹੀਂ ਚਾਹੀਦੀ। ਸਾਡੇ ਸਮਾਜ ਦੇ ਵਿੱਚ ਇਸ ਚੀਜ਼ ਨੂੰ ਬਦਲਣ ਦੀ ਲੋੜ ਹੈ ਕਿ ਜਿਹੜੀਆਂ ਧੀਆਂ ਨੇ ਉਹ ਮੁੰਡਿਆਂ ਨੂੰ ਵੱਧ ਕੇ ਨੇ। ਜ਼ਿਆਦਾਤਰ ਇਹ ਦੇਖਣ ਨੂੰ ਮਿਲਦਾ ਕਿ ਧੀਆਂ ਆਪਣੇ ਜਦੋਂ ਅਸੀਂ ਬਜ਼ੁਰਗ ਹੋ ਜਾਂਦੇ ਹਾਂ ਤਾਂ ਧੀਆਂ ਆਪਣੇ ਮਾਪਿਆਂ ਦਾ ਵੱਧ ਕਰਦੀਆਂ ਨੇ ਮੁੰਡਿਆਂ ਨਾਲੋਂ ਵੱਧ ਕੇ। ਇਹ ਸਾਨੂੰ ਫਿਰ ਕਿਉਂ ਨਹੀਂ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਦਿੱਤਾ ਜਾਂਦਾ? ਧੀਆਂ ਅੱਜ ਦੇ ਸਮਾਜ ਦੇ ਵਿੱਚ ਸਾਰਿਆਂ ਨਾਲੋਂ ਉੱਪਰ ਨੇ, ਪੜ੍ਹਾਈ ਲਿਖਾਈ 'ਚ ਉੱਪਰ ਨੇ, ਅਫਸਰੀ ਦੇ ਵਿੱਚ ਉੱਪਰ ਨੇ, ਹਰ ਇੱਕ ਕੰਮ ਦੇ ਵਿੱਚ ਪਹਿਲ ਨੇ। ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਧੀਆਂ ਦਾ ਸਤਿਕਾਰ ਕਰਨਾ ਚਾਹੀਦਾ। ਧੀਆਂ ਦਾ ਸਤਿਕਾਰ ਇੱਕ ਪਰਮਾਤਮਾ ਦੀ ਦੇਣ ਆ। ਇਹਨਾਂ ਨੂੰ ਕੁੱਖਾਂ ਦੇ ਵਿੱਚ ਮਾਰਨਾ ਨਹੀਂ ਚਾਹੀਦਾ। ਭਰੂਣ ਹੱਤਿਆ ਦੇ ਵਿੱਚ ਰੋਕਣ ਵਾਸਤੇ ਜੇ ਕੋਈ ਇਸ ਤਰੀਕੇ ਦਾ ਕੋਈ ਗਲਤ ਕੰਮ ਕਰਦਾ ਤਾਂ ਉਸ ਬੰਦੇ ਨੂੰ ਰੋਕਣਾ ਚਾਹੀਦਾ। ਇਸ ਕੰਮ ਦੇ ਵਿੱਚ ਕਿਸੇ ਬੰਦੇ ਦਾ ਵੀ ਸਾਥ ਨਹੀਂ ਦੇਣਾ ਚਾਹੀਦਾ। ਮੈਂ ਬਹੁਤਾ ਜ਼ਿਆਦਾ ਨਾ ਕਹਿੰਦਾ ਹੋਇਆ ਇਹੀ ਕਹਿਣਾ, ਇਹ ਸਾਰੇ ਜਿਹੜਾ ਇਹ ਆਪਣਾ ਕੰਮ ਆ ਭਰੂਣ ਹੱਤਿਆ ਦੇ ਉੱਪਰ ਜਾਂ ਧੀਆਂ ਦਾ ਜਿੱਥੇ ਸਤਿਕਾਰ ਨਹੀਂ ਹੁੰਦਾ, ਜਿੱਥੇ ਕੋਈ ਗਲਤ ਕੰਮ ਹੋ ਰਿਹਾ ਤਾਂ ਸਾਨੂੰ ਸਾਰੇ ਸਮਾਜ ਨੂੰ ਖੇਤਰ ਦੇ ਵਿੱਚ ਪਹਿਲ ਦੇਣੀ ਚਾਹੀਦੀ ਹੈ ਕਿ ਕਿੱਥੇ ਵੀ ਕੋਈ ਗਲਤ ਕੰਮ ਹੋ ਰਿਹਾ ਤਾਂ ਸਾਨੂੰ ਸਾਰੇ ਬੰਦਿਆਂ ਨੂੰ ਅਹਿਮ ਪਲੇ ਰੋਲ ਕਰਨਾ ਚਾਹੀਦਾ ਕਿ ਜਿੱਥੇ ਕੋਈ ਕਿਸੇ ਧੀ ਦਾ ਜਿੱਥੇ ਅਨਸਤਿਕਾਰ ਹੋ ਰਿਹਾ ਤਾਂ ਉੱਥੇ ਉਹਨੂੰ ਸਮਝਾਇਆ ਜਾਵੇ ਜਾਂ ਉਹਨੂੰ ਉਸ ਚੀਜ਼ ਦੀ, ਜੇ ਕਿਸੇ ਧੀ ਪੈਸੇ ਨਹੀਂ ਹੈਗੇ ਤਾਂ ਉਹਦਾ ਵਿਆਹ ਕਰਾਇਆ ਜਾਵੇ, ਜੇ ਪੜ੍ਹਾਈ ਵਾਸਤੇ ਪੈਸੇ ਨਹੀਂ ਤਾਂ ਪੈਸੇ ਪੜ੍ਹਾਈ ਵਾਸਤੇ ਖਰਚੇ ਜਾਣ। ਜਿਹੜੇ ਆਪਾਂ ਇੱਧਰ ਉੱਧਰ ਗੋਲਕਾਂ ਵਿੱਚ ਪੈਸੇ ਪਾਉਂਦੇ ਹਾਂ ਉਹਨਾਂ ਨੂੰ ਰੋਕ ਕੇ ਜੇ ਆਪਣੇ ਐਜੂਕੇਸ਼ਨ ਦੇ ਉੱਪਰ, ਹੈਲਥ ਦੇ ਉੱਪਰ ਇਸ ਤਰੀਕੇ ਦੇ ਕੰਮ ਹੋਣੇ ਚਾਹੀਦੇ। ਟਿੰਕੂ ਦੀ ਰਿਪੋਰਟ, KDT ਨਿਊਜ਼ TV, ਲੁਧਿਆਣਾ।